ਬਰਨਾਲਾ ਵਿੱਚ ਨਗਰ ਕੌਂਸਲ ਬਰਨਾਲਾ ਦੀ ਮਨਮਾਨੀ ਲੋਕਾਂ ਲਈ ਵੱਡੀ ਮੁਸੀਬਤ ਛੇੜ ਸਕਦੀ ਹੈ। ਨਗਰ ਕੌਂਸਲ ਨੇ ਸ਼ਹਿਰ ਦੀ ਗੰਦਗੀ ਨੂੰ ਇੱਕ ਥਾਂ ਤੇ ਇਕੱਠਾ ਕਰਨਾ ਸ਼ੁਰੂ ਕੀਤਾ ਜਿਸ ਦੇ ਕਾਰਨ ਆਲੇ ਦੁਆਲੇ ਵਸਦੇ ਲੋਕ ਬੇਹੱਦ ਪਰੇਸ਼ਾਨੀ ਮਹਿਸੂਸ ਕਰ ਰਹੇ ਨੇ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨਗਰ ਕੌਂਸਲ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਪਰ ਹਾਲੇ ਤੱਕ ਕੌਂਸਲ ਦੇ ਅਧਿਕਾਰੀਆਂ ਨੇ ਕੋਈ ਵਾਜਬ ਕੰਮ ਨਹੀਂ ਕੀਤਾ। ਉਧਰ ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਹੈ ਕਿ ਜਲਦ ਹੀ ਕੂੜਾ ਚੁਕਵਾ ਦਿੱਤਾ ਜਾਵੇਗਾ ਪਰ ਅਹਿਮ ਗੱਲ ਇਹ ਹੈ ਕਿ ਇੱਥੇ ਕੂੜਾ ਸੁੱਟਣ ਦੀ ਜ਼ਹਿਮਤ ਹੀ ਕਿਉਂ ਕੀਤੀ ਗਈ। ਕਿੱਥੋਂ ਕਿੱਥੋਂ ਲਿਆ ਲਿਆ ਸੁੱਟਦੇ, ਰੋਜ਼ ਦੀਆਂ 20-20 ਟਰਾਲੀਆਂ ਸੁੱਟਦੇ ਪਏ ਆ। ਜੋ ਉਹਨੂੰ ਹਫ਼ਤਾ ਹੋ ਗਿਆ ਮਿਲਦਿਆਂ ਉਹਨੂੰ 2 ਦਿਨ ਕਹਿ ਕੇ ਰੋਜ਼ ਦਾ ਲਾਰਾ ਲਾ ਦਿੰਦਾ, 2 ਦਿਨ 'ਚ ਚੁਕਾ ਦਿੰਦੇ, 2 ਦਿਨ 'ਚ ਚੁਕਾ ਦਿੰਦੇ, ਕੋਈ ਡੰਪ ਨਹੀਂ ਚੁਕਾਇਆ ਗਿਆ ਹਾਲੇ ਤੱਕ। ਸਵੇਰੇ ਸ਼ੁਰੂ ਹੋ ਜਾਂਦੇ, ਸ਼ੁਰੂ ਕੀਤਾ ਸੀ ਪਹਿਲੇ ਦਿਨ ਜਦੋਂ ਅੱਧੀ ਰਾਤ ਨੂੰ 11 ਵਜੇ ਸ਼ੁਰੂ ਕੀਤਾ, ਘੱਟੋ ਘੱਟ ਪਹਿਲੇ ਦਿਨ ਉਹਨਾਂ ਨੇ 20-50 ਟਰਾਲੀਆਂ ਸੁੱਟੀਆਂ ਹੋਣਗੀਆਂ। ਅਗਲੀ ਰਣਨੀਤੀ ਲੋਕਾਂ ਦੇ ਨਾਲ ਰਲ ਕੇ ਜਦੋ ਜਹਿਦ ਕਰਾਂਗੇ, ਹੋ ਸਕਦਾ ਧਰਨਾ ਵੀ ਲਾਉਣਾ ਪਵੇ, ਕੋਈ ਭੁੱਖ ਹੜਤਾਲ ਵੀ ਕਰਨੀ ਪਵੇ ਸਾਨੂੰ। ਯੂਨ ਦੀ ਹਦਾਇਤ ਕਰ ਦਿੱਤੀ ਗਈ ਹੈ, ਅੱਜ ਸ਼ਾਮ ਤੱਕ ਉਹ ਸਾਰੀ ਇੱਥੇ ਰੋਡ ਠੀਕ ਕਰਦੇ ਅਤੇ ਜੋ ਵੀ ਸ਼ਹਿਰ ਦਾ ਕੂੜਾ ਕਰਦਾ ਸ਼ਹਿਰ ਤੋਂ ਬਾਹਰ।